ਆਣਗੇ ਗੱਡੀ ਉੱਥੇ ਲਗਾ ਕੇ ਆਣਗੇ, ਕਿਉਂਕਿ ਇੱਥੇ ਨਾ ਥੋੜਾ ਖਲਾਰਾ ਜਿਹਾ ਪਿਆ। ਮੈਂ ਆਪ ਹੀ ਸੋਚ ਲਿਆ ਸੀ ਮਿਲਣ ਲੱਗੇ ਨੇ ਲਾ ਦੋ ਹੁਣ ਮਾੜੀ ਜੀ ਥਾਵਾ ਲੱਗਿਆ ਨੂੰ। ਸਹੀ ਗੱਲ ਹੈ, ਐ ਉਹਨੂੰ ਕਿੰਨਾ ਵਧੀਆ ਆਇਆ ਨਾ ਸੂਟ ਹੈ ਵੀ। ਮੈਂ ਤੇ ਸੋਚ ਲਿਆ ਸੀ ਅੱਜ ਮੈਂ ਨੰਨੂ ਮੈਂ ਸਹਿਜ ਕੋਲ ਜਾਣਾ। ਤੁਸੀਂ ਤੇ ਕਹਿੰਦੇ ਸੀ ਆਪਾਂ ਸਹਿਜੂ ਕੋਲ ਜਾਵਾਂਗੇ। ਕਿਉਂ ਨੀਂਦ ਆ ਗਈ ਤੈਨੂੰ? ਲੜਿਆ ਵੀ ਕਰੇਗੀ ਲੜੇਗੀ ਤੇ ਨਹੀਂ ਨਾ। ਸਵਾਗਤ ਹੈ ਤੁਹਾਡਾ ਇਹ ਨਵੇਂ ਵਲੋਗ ਦੇ ਵਿਚ। ਪਿਛਲੇ ਵਲੋਗ ਦੇ ਵਿਚ ਤੁਸੀਂ ਵੇਖਿਆ ਸੀ ਵੀ ਅਸੀਂ ਆ ਰਹੇ ਸੀ ਨਾ ਰਸਤੇ ਦੇ ਵਿਚ ਤੇ ਹੁਣ ਘਰ ਪਹੁੰਚ ਚੁੱਕੇ ਆ। ਫੁੱਫੜ ਜੀ ਨੇ ਮਿਲ ਲਿਆ ਯਾਰ, ਉਹ ਫਿਰ ਮੈਂ ਚੇਤੇ ਨੀ ਰਿਹਾ। ਹਾਂ ਫੁੱਫੜ ਜੀ ਲੈ ਕੇ ਵੀ ਫੁੱਫੜ ਜੀ ਕਹੀ ਜਾਂਦੀ ਹੈ। ਉਹਨੂੰ ਵੀ ਪਤਾ ਵੀ ਆ ਮਜ਼ਾਕੀਆ ਜਾਂ ਨਾਮ ਹੈ। ਲਓ ਜੀ ਭੂਆ ਨੇ ਚੱਕ ਲਿਆ ਆ ਭਤੀਜੀ ਨੂੰ। ਕੱਪੜੇ ਵੀ ਮੈਚਿੰਗ ਵਾਲੇ ਪਾਏ ਆ, ਗੁਲਾਬੀ ਗੁਲਾਬੀ ਹੈ। ਦਿਖਾਵਾਂ ਸ਼ਕਲ ਦਿਖਾਵਾਂ, ਇੱਥੋਂ ਦਿਖਾਈ ਤਾਂ ਨਹੀਂ ਸੀ ਸ਼ਕਲ ਤੂੰ? ਦਿਖਾਈ ਸੀ ਮਾੜੀ ਜੀ। ਆ ਦੇਖੋ ਓਏ ਹੋਏ ਵਿੱਚ ਫੇਸ ਕਿੱਡਾ ਵੱਡਾ ਲੱਗਦਾ। ਹਾਂ ਪਰ ਉਹਦਾ ਛੋਟਾ ਜਿਹਾ ਹੈ, ਛੋਟਾ ਜਿਹਾ ਫੇਸ ਹੈ, ਛੋਟਾ ਜਿਹਾ ਕਰਤਾ ਹੈ। ਸੁੱਤੀ ਪਈ ਹੈ ਹੁਣ। ਕੱਪੜੇ ਕਿਹਨੇ ਚੇਂਜ ਕੀਤੇ ਸੀ ਫਿਰ ਇਹਦੇ? ਅੱਛਾ ਕਰ ਲਿਆ ਸੀ ਬਾਹ, ਹੁਣ ਅਕਲ ਆ ਜਾਣੀ ਹੌਲੀ ਹੌਲੀ ਸਾਰੀਆਂ ਚੀਜ਼ਾਂ ਦੀ, ਹੁਣ ਸਾਰੀਆਂ ਚੀਜ਼ਾਂ ਦੀ ਆ ਜਾਣੀ ਨਾ। ਆਂਦੀ ਬੱਚਿਆਂ ਦੇ, ਬੱਚਿਆਂ ਦੇ ਹੁੰਦਾ ਨਹੀਂ ਨਹੀਂ ਆ ਹੁੰਦਾ ਨਹੀਂ 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 ਉਹ ਮੈਂ ਹਾਂ ਹਰਮਨ ਆ ਦੱਸਿਆ ਸੀਗਾ ਡਾਕਟਰ ਨੇ ਨਹੀਂ ਇਹ ਹੁੰਦਾ ਹੀ ਹੁੰਦਾ ਹਰੇਕ ਬੱਚੇ ਨੂੰ ਹੁੰਦਾ। ਮੈਂ ਵੀ ਵੀਡੀਓ ਦੇਖੀ ਸੀ। ਹਾਂ ਹਾਂ ਸਹੀ ਗੱਲ ਹੈ। ਹਾਂ ਨਹੀਂ ਉਹ ਬਲੀਡਿੰਗ ਮਾੜੀ ਮੋਟੀ ਹੁੰਦੀ ਹੁੰਦੀ ਹੈ। ਧੁੱਪ ਯਾਰ ਧੁੱਪ ਲੱਗਣੀ ਚਾਹੀਦੀ ਭਾਈ। ਜਦੋਂ ਆਪਾਂ ਹੋਸਪਿਟਲ ਚ ਸੀਗੇ, ਹੋਸਪਿਟਲ ਚ ਜਦੋਂ ਸੀ ਡੈਡੀ ਫਿਰ ਲੈ ਕੇ ਜਾਂਦੇ ਸੀ ਸਪੈਸ਼ਲ ਧੁੱਪ ਲਵਾਉਣ ਵਾਸਤੇ। ਹਾਂ ਕਹਿੰਦੇ ਸੀਗੇ ਡਾਕਟਰ। ਹਾਂ ਉੱਥੇ ਬਾਹਰ ਹੀ ਉੱਥੇ ਹੋਸਪਿਟਲ ਦਰਵਾਜ਼ਾ ਸੀਗਾ ਗਲੀ ਦੇ ਨਾਲ ਹੀ, ਤੇ ਉੱਥੇ ਯਾਨੀ ਕਿ ਧੁੱਪ ਆਉਂਦੀ ਸੀ ਬਹੁਤ ਸੋਹਣੀ। ਤੇ ਫਿਰ ਡੈਡੀ ਕਿੰਨੀ ਦੇਰ ਅੱਧੀ ਲੈ ਕੇ 10 ਮਿੰਟ ਏਦਾਂ ਹੀ ਖੜਦੇ ਸੀ ਲੈ ਕੇ। ਹਾਂ ਨਾਨੂ ਨੂੰ ਉਹ ਦੇਖੋ ਨਾਨੂ ਨਾ ਡੈਕੋਰੇਸ਼ਨ ਕਹਿੰਦੀ ਕਰਨੀ ਹੈ।
ਹਾਂਜੀ ਤੇ ਹੁਣ ਇਹਨੇ ਸਹਿਜ ਨੇ ਪੀਤਾ ਦੁੱਧੂ ਤਾਂ ਕਰਕੇ ਇਹਨੂੰ ਮੈਂ ਮੋਢੇ ਲਗਾਇਆ ਤਾਂ ਕਿ ਪਚ ਜਾਵੇ ਹਨਾ, ਨਹੀਂ ਤੇ ਛੋਟੇ ਬੱਚੇ ਨਾਲ ਹੁੰਦਾ ਬਾਹਰ ਆ ਜਾਂਦਾ ਹਨਾ, ਤਾਂ ਕਰਕੇ ਵੀ ਇਹਨੂੰ ਦੁੱਧੂ ਜਿਹੜਾ ਨਾ ਉਹ ਪਚ ਜਾਵੇ, ਡਕਾਰ ਆ ਜਾਵੇ। ਡਕਾਰ ਦੀ ਨੰਨੂ ਦੀ ਵੀ ਬੜੀ ਟੈਨਸ਼ਨ ਰਹਿੰਦੀ ਹੁੰਦੀ ਸੀ, ਐਵੇਂ ਐਵੇਂ ਮਲਦੇ ਰਹਿੰਦੇ ਹੁੰਦੇ ਸੀ। ਇਹ ਲੈ ਲੈ ਛੇਤੀ, ਮੈਨੂੰ ਆਉਂਦਾ ਨਹੀਂ, ਹਲੇ ਤੇ ਅੱਜ ਲਗਾਉਣ ਲੱਗੇ ਆ ਮੋਢੇ। ਅੱਛਾ ਲੋ ਜੀ, ਆਪਾਂ ਵੀ ਸਹਿਜ ਨੂੰ ਚੱਕ ਲਿਆ। ਨੰਨੂ ਨੰਨੂ ਨੂੰ ਫੜਾਈਏ, ਨੰਨੂ ਨੂੰ ਫੜਾਈਏ, ਫੜੇਗਾ ਨੰਨੂ ਨੂੰ ਚੱਕ ਲਿਆ, ਇਹ ਬੈੱਡ ਤੇ ਬਹਿ ਕੇ ਚੱਕੇਗੀ। ਖਿੱਚਦੀਆਂ ਬਾਅਦ ਚ ਦਿਖਾਉਂਦਾ ਮੈਂ, ਵੀਡੀਓ ਬਣਾ ਰਿਹਾ ਸੀ ਤੇਰੀ। ਦੇਖੀ ਨਿੱਕਾ ਜਿਹਾ ਟਿੱਡਾ ਜਿਹਾ, ਭੁੱਖੀ ਲੱਗੀ ਇਹਨੂੰ। ਹੈ ਚੱਲ ਆਪਾਂ ਮੋਛੇ ਖਾਈਏ, ਖਾਈਏ ਮੋਛਾ, ਚੱਲ ਮੋਛਾ ਖਾਈਏ। ਆ ਦੇਖ ਚੱਕ ਲੈ, ਕਿਉਂ ਪੇਟ ਦਰਦ ਹੋ ਰਿਹਾ, ਪੇਟ ਦਰਦ ਹੋ ਰਿਹਾ ਬੜਾ, ਕਿੰਨਾ ਕੁਝ ਤਾਂ ਖਾਧਾ ਉੱਥੇ ਉਹਨੇ। ਮਨ ਵੀ ਚਾਹ ਦੇਖੋ ਕਿੱਦਾਂ ਪੀਤੀ ਵੀ ਉਹ ਪਰਾਂ ਕਰਕੇ ਕੱਪ। ਤੈਨੂੰ ਯਾਦ ਆ ਆਪਣੇ ਕਿਸੇ ਨੇ ਏਦੀ ਚਾਹ ਡੋਲਦੀ ਸੀ ਨਿਆਣੇ ਦੇ, ਕਿਹੜੇ ਨਿਆਣੇ ਦੇ? ਤੇਰੇ ਤੇ ਡੁੱਲੀ ਸੀ। ਅੱਛਾ ਅੱਛਾ, ਤੇਰੇ ਤੇ ਡੁੱਲ ਗਈ ਸੀ। ਮੈਂ ਡੈਡੀ ਦੀ ਗੋਦੀ ਚ ਬੈਠੀ ਸੀ ਛੋਟੀ ਹੁੰਦੀ ਹਨਾ, ਐਨੀ ਕਿਸੇ ਮਤਲਬ ਐ ਤਾਂ ਥੋੜੀ ਵੱਡੀ ਸੀ। ਤੇ ਮੰਮੀ ਨੇ ਨਾ ਡੈਡੀ ਨੂੰ ਭਰ ਕੇ ਗਲਾਸ ਐਨ ਗਰਮ ਗਰਮ ਚਾਹ ਦਾ ਫੜਾਉਣ ਲੱਗੇ ਸੀ ਪੀਣ ਵਾਸਤੇ। ਅੱਛਾ ਮੰਮੀ ਦੇ ਹੱਥ ਚੋਂ ਛੁੱਟ ਗਈ, ਸੌਰੀ ਮੇਰੇ ਉੱਤੇ, ਛਾਲੇ ਨੇ ਅਜੇ ਵੀ ਨਿਸ਼ਾਨ ਹੈਗੇ ਮੇਰੇ ਪੈਰ ਤੇ, ਡੁੱਲੀ ਪੂਰੇ ਸਰੀਰ ਤੇ। ਓਏ ਹੋਏ, ਹੋਰ ਹਨਾ ਮੰਮੀ ਚਾਹ ਡੁੱਲ ਗਈ ਸੀ ਨਾ ਤੇ ਤੂੰ ਮੇਰੇ ਚਾਹ ਫਿਰ ਬੜਾ ਮੰਮੀ ਨੂੰ ਪਈਆਂ ਸੀ ਗਾਲਾਂ। ਅੱਛਾ ਗਾਲਾਂ ਮੇਰੇ ਪਈਆਂ। ਬੱਬੂ ਰੱਖ ਦੇ ਕਿੱਟ ਸੋਹਣਿਆ, ਟੁੱਟ ਜਾਏਗੀ। ਹੈ ਰੱਖ ਦੇ। ਹਾਂਜੀ ਤੇ ਹੁਣ ਅਸੀਂ ਆਏ ਸੀ ਮਨਪ੍ਰੀਤ ਦੇ ਚਾਚੇ ਹੋਣਾ ਦੇ ਘਰ, ਮਤਲਬ ਇੱਧਰ ਚਾਚਾ ਜੀ ਹੋਣਾ ਦੇ ਘਰ, ਤੇ ਚਾਚੇ ਦੇ ਅੱਜ ਸੱਟ ਲੱਗ ਗਈ ਸੀ ਕਿਉਂਕਿ ਉਂਗਲੀ ਆ ਗਈ ਉਹਦੀ ਉਹਦੇ ਵਿੱਚ, ਆਰੇ ਦੇ ਵਿੱਚ ਹਨਾ, ਆਰੇ ਦੇ ਪੱਟੇ ਦੇ ਵਿੱਚ ਉਂਗਲੀ ਆ ਗਈ ਸੀ ਤਾਂ ਕਰਕੇ, ਹਾਂ ਇੰਜਣ ਦਾ ਪਟਾ ਹੁੰਦਾ, ਤੇ ਤਾਂ ਕਰਕੇ ਅਸੀਂ ਵੀ ਉੱਥੇ, ਮੈਂ ਮਤਲਬ ਦੁਪਹਿਰ ਦਾ ਉੱਥੇ ਗਿਆ ਸੀਗਾ, ਤੇ ਲਵਲੀ ਮੈਂ ਡੈਡੀ ਅਸੀਂ ਗਏ ਸੀ, ਤੇ ਹੁਣ ਅਸੀਂ ਘਰ ਗਏ ਸੀ ਪਤਾ ਲੈਣ ਵਾਸਤੇ, ਤੇ ਉਦੋਂ ਦੇ ਅਸੀਂ ਹੁਣ ਉੱਥੇ ਹੀ ਸੀਗੇ। ਤੇ ਫਿਲਹਾਲ ਆਹ ਦੇਖ ਲਓ ਤੁਸੀਂ ਕਾਕਾ ਸਾਡਾ, ਐਵੇਂ ਸ਼ਰਾਰਤਾਂ ਕਰ ਭੱਜ ਭੱਜ ਕੇ ਰੋਡ ਤੇ ਜਾਂਦੀ ਹੈ ਇਹ, ਹੈ ਕਾਕੇ ਕਿਉਂ ਉਧਰ ਘਰ ਨੀ ਜਾਣਾ, ਨਾਨਕੇ ਨੀ ਜਾਣਾ ਤੂੰ ਆਪਣੇ? ਯਾਰ ਪਤਾ ਕੀ ਬੋਲਦੀ ਰਹਿੰਦੀ ਹੈ। ਹੁਣ ਮੈਂ ਵਲੌਗ ਵੀ ਪਾਉਣਾ ਸੀ, ਬਾਬਾ ਜੀ ਬੋਲ ਰਹੇ ਨੇ ਉੱਧਰ ਪਿੱਛੇ, ਤੇ ਵਲੌਗ ਵੀ ਪਾਉਣੇ, ਵਲੌਗ ਵੀ ਮੇਰਾ ਲੇਟ ਹੋ ਗਿਆ ਤੇ ਕਿਉਂਕਿ ਉੱਧਰ ਬੈਠੇ ਹੋਏ ਸੀ ਤਾਂ ਕਰਕੇ, ਤੇ ਬਾਕੀ ਹੁਣ ਬਸ ਥੋੜ੍ਹੀ ਦੇਰ 'ਚ ਵਲੌਗ ਪਾ ਦੇਣਾ ਅਗਲੇ ਵਲੌਗ ਦੇ ਵਿੱਚ, ਯਾਨੀ ਕਿ ਜਾਂ ਅਗਲੇ ਵਲੌਗ ਜਾਂ ਆਹ ਵਾਲੇ ਵਲੌਗ ਦੇ ਵਿੱਚ ਹੀ ਅਸੀਂ ਕੱਲ੍ਹ ਤੁਹਾਨੂੰ ਦਿਖਾਵਾਂਗੇ ਕੱਲ੍ਹ ਕੇਕ ਕੱਟਣਾ ਲਵਲੀ ਨੇ, ਤੇ ਤਾਂ ਕਰਕੇ ਲਵਲੀ ਕੱਲ੍ਹ ਤੋਂ ਕੱਟਣਾ ਕੇਕ ਵੈਸੇ। ਲਵਲੀ ਸਾਹਿਬ ਤੈਨੂੰ ਵਧਾਈਆਂ ਯਾਰ, ਇੱਧਰ ਓਏ ਸ਼ਰਮਾ ਰਿਹਾ, ਬਾਪੂ ਬਣ ਗਿਆ, ਇੱਧਰ ਸ਼ਕਲ ਦਿਖਾਈ ਬਾਪੂ ਵਾਲੀ।
ਪਾਪਾ ਉਹ ਕਹਿੰਦੇ ਨੀ ਹੁੰਦੇ, ਉਹ ਜਿੱਦਾਂ ਕਹਿੰਦੇ ਹੁੰਦੇ ਸੀ ਪਹਿਲਾਂ ਸਿਆਣੇ ਵੀ, ਕਹਿੰਦੇ ਆਪ ਨੂੰ ਕਹਿੰਦੇ ਸੀਟ ਪੂੰਝਣੀ ਨੀ ਆਉਂਦੀ ਤੇ ਹੈ ਤੇ ਜਵਾਕ ਜਵਾਕ ਹੋ ਜਾਂਦੇ ਨੇ ਹੈ ਮਜ਼ਬੂਰੀ ਹੈ। ਆਹੋ The next day ਨਹੀਂ ਤੂੰ ਆਵਾਜ਼ ਮਾਰਨਾ ਜਿਵੇਂ 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 ਪਹਿਲਾਂ ਖੇਡਦਾ। ਵੇਲਦੀ ਵੀ ਤੇਰੇ ਵੱਲ ਫੋਟੋ ਖਿੱਚਣੀ ਹੈ, ਚੱਲ ਖਿੱਚ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਨਵੀਂ ਸਵੇਰ ਦੇ ਵਿੱਚ ਤੇ ਵਲੌਗ ਨੂੰ ਕੰਟੀਨਿਊ ਕਰਦੇ ਹੋਏ ਆ ਦੇਖ ਲਓ ਤੁਸੀਂ, ਮੈਂ ਵੀ ਅੱਜ ਸਿਰ ਨਹੀਂ ਢੱਕਿਆ ਹੋਇਆ, ਏਦਾਂ ਹੀ ਬੈਠਾ ਸੀ ਬਸ। ਤੇ ਆਹ ਦੇਖ ਲਓ ਨੰਨੂ ਦੇ ਕੰਮ, ਸਵੇਰੇ ਸਵੇਰੇ ਆਪਣੇ ਸਿਰ 'ਚ ਨਾ ਫੁੱਲ ਪਾਏ ਹੋਏ ਆ, ਆਹ ਦੇਖੋ ਉਹ ਦੇਖੋ ਲਟਕਦਾ ਨਾ ਫੁੱਲ, ਉਹ ਦੇਖੋ ਫੁੱਲ ਪਾਏ ਹੋਏ ਸਿਰ ਦੇ ਵਿੱਚ, ਆਪਣੇ ਸਿਰ 'ਚ ਆਪ ਹੀ ਫੁੱਲ ਪਾਈ ਹੈ ਕਾਕੇ ਹੈਂ। ਤੇ ਅੱਜ ਅਸੀਂ ਦੇਖ ਲਓ ਕਿੰਨੀ ਸੋਹਣੀ ਧੁੱਪ ਸੇਕਦੇ ਪਏ ਹਾਂ, ਤੇ ਉਹ ਉੱਧਰ ਦੇਖੋ ਚੁੱਲ੍ਹੇ 'ਤੇ ਬੈਠੇ ਹੋਏ ਨੇ ਮੰਮੀ, ਉਹ ਬਣਾਉਂਦੇ ਨੇ ਕੀ ਬਣਾ ਰਹੇ ਹੋ? ਅੱਛਾ ਆਲੂ ਵਾਲੇ ਪਰੌਂਠੇ, ਆਲੂ ਵਾਲੇ ਪਰੌਂਠੇ ਬਣਨ ਲੱਗੇ ਨੇ ਸਵੇਰੇ ਸਵੇਰੇ। ਵਾਹ ਓਏ ਹੋਏ ਯੰਮੀ, ਧੁੱਪ ਦੇਖ ਲਓ ਕਿੰਨੀ ਸੋਹਣੀ ਚੜ੍ਹੀ ਹੋਈ ਹੈ, ਵਾਹ ਜੀ ਵਾਹ। ਤੇ ਅੱਜ ਹੁਣ ਅਸੀਂ ਅਗਲੇ ਵਲੌਗ ਦੀ ਤਿਆਰੀ ਕਰ ਰਹੇ ਹਾਂ, ਮਤਲਬ ਇਹ ਵਲੌਗ ਨੂੰ ਆਪਾਂ ਕੰਟੀਨਿਊ ਕਰਾਂਗੇ ਥੋੜ੍ਹੀ ਦੇਰ, ਅਤੇ ਉਸ ਤੋਂ ਬਾਅਦ ਫਿਰ ਨਵੇਂ ਵਲੌਗ ਦੇ ਵਿੱਚ, ਮੈਂ ਕਹਿੰਦਾ ਇਹੀ ਵਲੌਗ ਦੇ ਵਿੱਚ ਦੇਖਦੇ ਹਾਂ ਕੀ ਕਰਨਾ, ਕਨਫਿਊਜ਼ ਹਾਂ ਥੋੜ੍ਹਾ ਜਿਹਾ। ਕੀ ਕਹਿ ਰਹੀ ਸੀ? ਮੈਂ ਨਾ ਇਹਦੇ ਕੋਲ ਆ ਕੇ ਪੈ ਗਈ ਆ ਕੇ ਭੱਜ ਕੇ ਮੇਰੇ ਉੱਤੇ ਪੈ ਗਈ ਵੀ ਇਹ ਕਿਉਂ ਨਾਲ ਪੈ ਗਈ ਉਹ। ਉੱਥੇ ਵੀ ਮੈਂ ਗੁਜਰਾਤ 'ਚ ਵੀ ਇਹੀ ਕੰਮ ਕੀਤਾ ਹੈ ਨਾ। ਹਾਂ ਬੱਚੇ ਨੂੰ ਐਂ ਹੁੰਦਾ ਨਾ ਵੀ ਹਾਂ ਵੀ ਉਹਦੀ ਉਹਨੂੰ ਜ਼ਿਆਦਾ ਕਰਨ ਲੱਗ ਗਏ ਨੇ। ਸਹੀ ਗੱਲ ਹੈ। ਜਦੋਂ ਲਵਲੀ ਹੋਇਆ ਸੀ ਨਾ, ਹਾਂ ਮੈਂ ਤੇ ਆਪ ਐਦਾਂ ਕਰਦੀ ਸੀ ਤੇ ਮੈਂ ਤੇ ਉਹਦੀ ਪੈਨਸਲ ਮਾਰਦੀ ਸੀ ਤੇ ਗੱਲ ਚ ਇਹਦੇ ਚਿੱਬ ਪੈ ਗਏ ਸੀ, ਉਹਨੂੰ ਹਲੇ ਵੀ ਚਿੱਬਾ ਕਹਿੰਦੇ ਨੇ। ਮਨਦੀਪ ਸੁਣਦੀ ਵੀ ਲੜਾਈ ਕਿਤੇ ਥੋੜੀ ਕਰਦੇ ਸੀ, ਐ ਤਾਂ ਲੱਤਾਂ 'ਚ ਮਾਰਦੀ ਸੀ ਉਹਦੇ ਛੜੀਆਂ ਨਾਲ ਲੜਦੇ, ਛੜੀਆਂ ਮਤਲਬ ਲੱਤਾਂ ਨਾਲ। ਡੈਡੀ ਨੇ ਇੱਕ ਵਾਰੀ ਇੱਕ ਉਹਦੇ ਸਿੱਟੀ ਇੱਕ ਮੇਰੇ ਸਿੱਟੀ, ਉੱਥੇ ਰਾਤ ਨੂੰ ਸਾਰੇ ਸੁੱਤੇ ਹੁੰਦੇ ਸੀ, ਅਸੀਂ ਖੜ ਮਸਤੀ ਕਰਨੀ ਦੋਵਾਂ ਜਣੇ। ਹਾਂ ਮੰਮੀ ਤੇ ਬਥੇਰਾ
ਮਨਦਰੀ ਨੂੰ ਕੁੱਟਿਆ ਨੀ ਕਦੀ? ਲਵਲੀ ਨੂੰ ਪੈਂਦੀਆਂ ਸੀ, ਨਿਆਣਿਆਂ ਨੂੰ ਨੀ ਮੈਂ ਮਾਰਨ ਦਿੱਤਾ ਕਦੇ। ਨੰਨੂ ਦੇ ਤੇ ਪੈਂਦੀਆਂ ਨੇ ਕਦੀ ਕਦੀ, ਹਾਂਜੀ। ਤੇ ਹੁਣ ਮੈਂ ਆਇਆ ਸੀ ਇੱਧਰ ਖੇਤਾਂ ਵੱਲ, ਤੇ ਇਸ ਵਲੋਗ ਦਾ ਆਪਾਂ ਕਰਦੇ ਹਾਂ ਇੱਥੇ ਹੀ ਐਂਡ। ਮਿਲਦੇ ਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ, ਤੇ ਅਗਲੇ ਵਲੋਗ ਦੇ ਵਿੱਚ ਸ਼ਾਇਦ ਤੁਹਾਨੂੰ ਸੈਲੀਬ੍ਰੇਸ਼ਨ ਦੇਖਣ ਨੂੰ ਮਿਲੇ ਥੋੜ੍ਹੀ ਬਹੁਤੀ। ਕੇਕ ਵੇਕ ਕੱਟਣਾ ਲਵਲੀ ਨੇ, ਤੇ ਅਗਲੇ ਵਲੋਗ ਦੇ ਵਿੱਚ ਮਿਲਦੇ ਆ ਤੁਹਾਨੂੰ, ਠੀਕ ਹੈ ਜੀ। ਤੇ ਜੁੜੇ ਰਹੋ ਸਾਡੇ ਵਲੋਗ ਦੇ ਨਾਲ, ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਠੀਕ ਹੈ ਜੀ। ਵੀਡੀਓ ਨੂੰ ਲਾਈਕ ਕਰ ਦਿਓ ਜੇ ਵਧੀਆ ਲੱਗੀ ਤਾਂ, ਠੀਕ ਹੈ। ਕਮੈਂਟ ਕਰਕੇ ਦੱਸਿਓ ਕਿ ਵਲੋਗ ਕਿੱਦਾਂ ਲੱਗਾ, ਠੀਕ ਹੈ ਜੀ। ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ।